ਪੰਜਾਬ ਦੀ ਸਿਆਸੀ ਜ਼ਮੀਨ ਤੋਂ ਕਾਫੀ ਦੇਰ ਤੋਂ ਗਾਇਬ ਆਮ ਆਦਮੀ ਪਾਰਟੀ ਦੀ ਵੀ ਹੁਣ ਜਾਗ ਖੁੱਲ੍ਹੀ ਹੈ ਅਤੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਜ਼ਮੀਨੀ ਪੱਧਰ 'ਤੇ ਹਮਲਾ ਮਾਰਨ ਦਾ ਐਲਾਨ ਕਰ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਨੇ ਆਪਣੇ MLAs ਦੀ ਇੱਕ ਮੀਟਿੰਗ ਲਈ ਅਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਇੱਕ ਸੂਬਾ ਪੱਧਰੀ ਪ੍ਰੋਟੈਸਟ ਦਾ ਐਲਾਨ ਕਰ ਦਿੱਤਾ। ਨਸ਼ੇ ਪੰਜਾਬ ਦਾ ਇੱਕ ਹਜ਼ਾਰਾਂ ਲੱਖਾਂ ਘਰਾਂ ਨੂੰ ਬਰਬਾਦ ਕਰਨ ਵਾਲੀ ਚੁਣੌਤੀ ਹੈ। ਇਸ ਲਈ ਅਮਰਿੰਦਰ ਸਿੰਘ ਦਾ ਉਹਨਾਂ ਨੂੰ ਪ੍ਰੋਟੈਕਟ ਕਰਨਾ, ਸ਼ੀਲਡ ਕਰਨਾ, ਬਚਾਉਣਾ ਇਹ ਦੱਸਦਾ ਵਾ ਕਿ ਕਾਂਗਰਸ ਦੀ ਸਰਕਾਰ ਨਸ਼ਿਆਂ ਦੇ ਮੁੱਦੇ ਦੇ ਉੱਤੇ ਬਿਲਕੁਲ ਫੇਲ ਹੋ ਚੁੱਕੀ ਹੈ। ਔਰ ਉਹ ਜਿਹੜੀ ਸਹੁੰ ਖਾਧੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਫੜ ਕੇ, ਉਹ ਸਰਾਸਰ ਝੂਠੀ ਸਹੁੰ ਸੀਗੀ। ਇੱਕ ਸਾਲ, ਸਵਾ ਸਾਲ, 13 ਮਹੀਨੇ, 14 ਮਹੀਨੇ ਹੋ ਚੱਲੇ ਨੇ, ਲੇਕਿਨ ਕਿਸੇ ਵੀ ਮੇਜਰ ਡਰੱਗ ਮਾਫੀਆ ਕੋ ਵੱਡੀ ਮੱਛੀ ਜਿਹਨੂੰ ਕਹਿੰਦੇ ਨੇ ਉਹਦੇ ਖਿਲਾਫ਼ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਕੀਤਾ ਗਿਆ। ਇੱਕ ਅੱਜ ਦੀ ਸਾਡੀ ਮੀਟਿੰਗ ਨੇ ਮਤਾ ਪਾਸ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਆਉਣ ਵਾਲੇ ਥੋੜ੍ਹੇ ਸਮੇਂ 'ਚ ਅਗਰ ਅਮਰਿੰਦਰ ਸਿੰਘ ਨੇ ਇਹ ਜਾਂਚ ਨਾ ਕੀਤੀ ਤਾਂ ਉਹਨਾਂ ਦਾ ਇੱਕ ਉਹਨਾਂ ਦੇ ਖਿਲਾਫ਼ ਇੱਕ ਪੰਜਾਬ ਪੱਧਰੀ ਪ੍ਰੋਟੈਸਟ ਆਮ ਆਦਮੀ ਪਾਰਟੀ ਲਾਂਚ ਕਰੇਗੀ। ਸੁਖਪਾਲ ਸਿੰਘ ਖਹਿਰਾ ਨੇ ਐਲਾਨ ਪੰਜਾਬ ਵਿੱਚ ਫੈਲੇ ਨਸ਼ਾ ਮਾਫੀਆ ਨੂੰ ਲੈ ਕੇ ਕੀਤਾ ਹੈ। ਇਸ ਦੇ ਨਾਲ ਹੀ ਉਹ ਮਜੀਠੀਆ ਦਾ ਜ਼ਿਕਰ ਕਰਨਾ ਨਹੀਂ ਭੁੱਲੇ। ਇਸ ਤਰ੍ਹਾਂ ਜਿਹੜੇ ਇਹ ਡਰੱਗ ਕਾਰਟਲਸ ਨੇ, ਡਰੱਗ ਮਾਫੀਆ ਵਾ, ਉਹ ਬਿਕਰਮ ਮਜੀਠੀਆ ਦੇ ਨਾਲ ਉਹਨਾਂ ਦੀ ਕੀ ਮਿਲੀ ਭੁਗਤ ਸੀਗੀ, ਕਿਸ ਤਰ੍ਹਾਂ ਉਹ ਇਲੈਕਸ਼ਨ ਫੰਡਿੰਗ ਲੈਂਦੇ ਰਹੇ, ਕਿਸ ਤਰ੍ਹਾਂ ਉਹ ਜਿਹੜਾ ਕੈਮੀਕਲ ਹੁੰਦਾ ਸੂਡੋ ਐਫੇਡਰੀਨ ਜਿਹੜਾ ਕਿ ਚਿੱਟਾ ਬਣਾਉਣ ਵਿੱਚ ਕੰਮ ਆਉਂਦਾ, ਉਹ ਕਿਸ ਤਰ੍ਹਾਂ ਬਿਕਰਮ ਮਜੀਠੀਆ ਵਿੱਚ ਬੈਠ ਕੇ ਉਹ ਇੰਟਰਨੈਸ਼ਨਲ ਡਰੱਗ ਮਾਫੀਆ ਨੂੰ ਮੁਹੱਈਆ ਕਰਾਉਣ, ਉਹਨਾਂ ਦੀ ਸੁਲਾ ਸਫਾਈ ਕਰਾ ਕੇ ਉਹਨਾਂ ਨੂੰ ਕੈਮੀਕਲ ਮੁਹੱਈਆ ਕਰਵਾਉਂਦੇ ਸੀਗੇ, ਔਰ ਕਿਸ ਢੰਗ ਦੇ ਨਾਲ ਉਹ ਬਾਹਰਲੇ ਜਿਹੜੇ ਇੰਟਰਨੈਸ਼ਨਲ ਡਰੱਗ ਕਾਰਟਲ ਦੇ ਮੈਂਬਰ ਸੀ ਸੱਤਾ ਅਤੇ ਪਿੰਦੀ, ਉਹ ਜਦ ਵੀ ਪੰਜਾਬ ਆਉਂਦੇ ਸੀਗੇ ਉਹ ਬਿਕਰਮ ਮਜੀਠੀਆ ਦੇ ਅੰਮ੍ਰਿਤਸਰ ਗ੍ਰੀਨ ਐਵਨਿਊ ਕੋਠੀ ਦੇ ਵਿੱਚ ਰਹਿੰਦੇ ਸੀ। ਇਹ ਬਹੁਤ ਵੱਡਾ ਇੱਕ ਸੰਗੀਨ ਇਲਜ਼ਾਮ ਪੰਜਾਬ ਦੇ ਸਿਆਸਤਦਾਨਾਂ ਦੇ ਉੱਤੇ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਹੋਇਆ। ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਸਿਰਫ ਮਜੀਠੀਆ ਹੀ ਅੱਜ ਕੱਲ੍ਹ ਮੁੱਦਾ ਨਹੀਂ ਚੱਲ ਰਹੇ। ਪੰਜਾਬ ਦੇ DGP ਵੀ ਆਪਸ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਉਲਝੇ ਹੋਏ ਨੇ। ਇਸ ਨੂੰ ਲੈ ਕੇ ਵੀ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਤੇ ਸਵਾਲ ਚੁੱਕੇ ਨੇ। ਦੁੱਖ ਨਾਲ ਕਹਿਣਾ ਪੈਂਦਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਨਾ ਤਾਂ ਤਹਿਕੀਕਾਤ ਕੋਈ ਹੋਣ ਦੇ ਰਹੇ ਨੇ ਬਿਕਰਮ ਮਜੀਠੀਆ ਯਾਨੀ ਕਿ ਪੋਲੀਟੀਕਲ ਲੋਕਾਂ ਦੇ ਤਲਕਾਤ ਨਾਲ, ਉੱਥੇ ਉਹਨਾਂ ਨੇ ਉਹ ਬਹਾਨਾ ਬਣਾ ਲਿਆ ਕਿ ਮੇਰੇ ਕੋਲ ਕੋਈ ਪੁਖਤਾ ਸਬੂਤ ਨਹੀਂ ਪਹੁੰਚੇ, ਹਾਲਾਂਕਿ ਸਾਰੇ ਸਬੂਤ ਉਹਨਾਂ ਦੇ ਕੋਲ ਨੇ, ਅਤੇ ਪੁਲਿਸ ਨੂੰ ਲੈ ਕੇ ਉਹਨਾਂ ਨੇ ਬਹਾਨਾ ਘੜ ਲਿਆ, ਸਾਰੀ ਪੁਲਿਸ ਨੂੰ ਬੁਲਾ ਲਿਆ ਇੱਕ ਦਿਨ 10 ਮਿੰਟ ਦੀ ਰਸਮੀ ਮੀਟਿੰਗ ਵਿੱਚ ਦਬਕੇ ਮਾਰ ਕੇ ਤੋਰਤਾ ਕਿ ਖਬਰਦਾਰ ਜੇ ਕੋਈ ਆਦਮੀ ਹਾਈਕੋਰਟ ਗਿਆ ਪੁਲਿਸ ਵਾਲਾ ਯੂਨੀਫਾਰਮ 'ਚ ਜਾਂ ਕੋਈ ਕਿਸੇ ਤਰ੍ਹਾਂ ਦਾ ਮੀਡੀਆ ਦੇ ਕੋਲ ਖੁਲਾਸਾ ਕੀਤਾ। ਇਹ ਤਾਂ ਤਾਨਾਸ਼ਾਹੀ ਹੋ ਗਈ ਕੈਪਟਨ ਅਮਰਿੰਦਰ ਸਿੰਘ ਵੱਲੋਂ। ਕਾਫੀ ਦੇਰ ਤੋਂ ਇਹ ਦੇਖਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਲੀਡਰ ਸਿਰਫ TV ਤੇ ਬੈਠ ਕੇ ਬਿਆਨ ਦੇਣ ਜੋਗੇ ਹੀ ਰਹਿ ਗਏ ਸਨ ਅਤੇ ਜ਼ਮੀਨੀ ਪੱਧਰ ਤੇ ਕੋਈ ਵੀ ਪ੍ਰੋਟੈਸਟ, ਕੋਈ ਵੀ ਧਰਨਾ ਆਮ ਆਦਮੀ ਪਾਰਟੀ ਵੱਲੋਂ ਨਹੀਂ ਦਿੱਤਾ ਜਾ ਰਿਹਾ ਸੀ। ਸ਼ਾਇਦ ਇਸੇ ਕਰਕੇ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ MLAs ਨਾਲ ਇੱਕ ਮੀਟਿੰਗ ਕੀਤੀ ਅਤੇ ਜ਼ਮੀਨੀ ਪੱਧਰ ਤੇ ਆਪਣੀ ਮੌਜੂਦਗੀ ਦਰਜ ਕਰਵਾਉਣ ਦੇ ਲਈ ਸੁਖਪਾਲ ਸਿੰਘ ਖਹਿਰਾ ਨੇ ਇੱਕ ਰਣਨੀਤੀ ਐਲਾਨੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਨਸ਼ੇ ਦਾ ਮੁੱਦਾ ਅਜੇ ਵੀ ਉਸੇ ਤਰ੍ਹਾਂ ਸੀਰੀਅਸ ਹੈ ਜਿਵੇਂ ਕਿ ਅਕਾਲੀ ਭਾਜਪਾ ਦੇ 10 ਸਾਲ ਦੀ ਸਰਕਾਰ ਵੇਲੇ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜੋ ਸਹੁੰ ਖਾਧੀ ਸੀ ਕਿ 4 ਹਫ਼ਤਿਆਂ ਵਿੱਚ ਉਹ ਸਰਕਾਰ ਬਣਨ ਤੋਂ ਬਾਅਦ ਨਸ਼ਾ ਖਤਮ ਕਰ ਦੇਣਗੇ, ਉਹ ਉਸ ਵਿੱਚ ਪੂਰੀ ਤਰ੍ਹਾਂ ਫੇਲ ਹੋਏ ਨੇ ਅਤੇ ਝੂਠੀ ਸਹੁੰ ਉਹਨਾਂ ਦੀ ਸਾਬਤ ਹੋਈ ਹੈ। ਇਸੇ ਕਰਕੇ ਆਮ ਆਦਮੀ ਪਾਰਟੀ ਹੁਣ ਨਸ਼ੇ ਦੇ ਮੁੱਦੇ 'ਤੇ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵਧਾਉਣ ਲਈ ਰਣਨੀਤੀ ਤਿਆਰ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਲਦੀ ਐਲਾਨ ਕਰ ਦਿੱਤਾ ਜਾਏਗਾ ਕਿ ਕਦੋਂ ਇਹ ਵੱਡਾ ਪ੍ਰੋਟੈਸਟ ਆਮ ਆਦਮੀ ਪਾਰਟੀ ਕਰਨ ਜਾ ਰਹੀ ਹੈ। ਉਹਨਾਂ ਨੇ ਇਹ ਤਾਂ ਸਾਫ਼ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦਾ ਇਹ ਪ੍ਰੋਟੈਸਟ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਟੈਸਟ ਹੋਏਗਾ। ਉਹਨਾਂ ਦਾ ਕਹਿਣਾ ਹੈ ਕਿ ਸਾਰੇ ਵਿਧਾਇਕ ਵੀ ਸ਼ਾਮਲ ਹੋਣਗੇ ਅਤੇ ਸਾਰੇ ਵਰਕਰ ਵੀ, ਜਿਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਹੁਣ ਮੁਸ਼ਕਲਾਂ ਵੱਧ ਸਕਦੀਆਂ ਨੇ। ਕਾਫੀ ਦੇਰ ਤੋਂ ਦੇਖਣ ਨੂੰ ਮਿਲ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਵਿੱਚ ਆਪਸੀ ਇਕਜੁੱਟਤਾ ਦੀ ਘਾਟ ਦਿਖਾਈ ਦੇ ਰਹੀ ਸੀ। ਇਸ ਮੀਟਿੰਗ ਦੇ ਵਿੱਚ ਵੀ ਅਮਨ ਅਰੋੜਾ ਸ਼ਾਮਲ ਨਹੀਂ ਹੋਏ, ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਸਫਾਈ ਦਿੱਤੀ ਕਿ ਅਜਿਹਾ ਕੁਝ ਵੀ ਨਹੀਂ ਹੈ, ਇਸ ਨੂੰ ਇਸ ਤਰੀਕੇ ਨਾਲ ਨਾ ਦੇਖਿਆ ਜਾਵੇ ਕਿ ਸਾਡੇ ਵਿੱਚ ਕੋਈ ਅਣਬਣ ਹੈ। ਅਮਨ ਅਰੋੜਾ ਆਪਣੇ ਕਿਸੇ ਨਿੱਜੀ ਕੰਮਕਾਜ ਦੇ ਵਿੱਚ ਗਏ ਹੋਏ ਨੇ, ਇਸ ਕਰਕੇ ਇਸ ਮੀਟਿੰਗ ਦੇ ਵਿੱਚ ਨਹੀਂ ਪਹੁੰਚ ਸਕੇ ਅਤੇ ਸਾਡੀ ਪਾਰਟੀ ਇਕਜੁੱਟ ਹੈ। ਸਿਆਸੀ ਜ਼ਮੀਨ ਦੇ ਵਿੱਚ ਜੇਕਰ ਜ਼ਮੀਨੀ ਪੱਧਰ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਕੋਈ ਵੀ ਵੱਡਾ ਰੋਸ ਮੁਜ਼ਾਹਰਾ ਨਹੀਂ ਕੀਤਾ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਦੇ ਵਿੱਚ ਕੈਪਟਨ ਦੀ ਸਰਕਾਰ ਦੇ ਖਿਲਾਫ਼ ਇੱਕ ਵੱਡਾ ਧਰਨਾ ਦਿੱਤਾ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੁਰੱਖਿਆ ਦੇ ਵਿੱਚ ਆ ਗਿਆ ਸੀ, ਪਰ ਆਮ ਆਦਮੀ ਪਾਰਟੀ ਨੇ ਅਜਿਹਾ ਕੋਈ ਵੀ ਮੁਜ਼ਾਹਰਾ ਨਹੀਂ ਕੀਤਾ ਸੀ। ਹਾਲਾਂਕਿ ਆਮ ਆਦਮੀ ਪਾਰਟੀ ਦੇ ਸਾਰੇ MLAs ਆਪਣੇ ਆਪਣੇ ਹਲਕਿਆਂ ਦੇ ਵਿੱਚ ਕਾਫ਼ੀ ਸਰਗਰਮ ਨੇ। ਆਸਿਫਾ ਕੇਸ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਦੇ ਲਗਭਗ ਸਾਰੇ MLAs ਨੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਧਰਨੇ ਵੀ ਦਿੱਤੇ ਨੇ, ਰੋਸ ਪ੍ਰਦਰਸ਼ਨ ਵੀ ਕੀਤੇ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼, ਪਰ ਪੰਜਾਬ ਪੱਧਰੀ, ਸੂਬਾ ਪੱਧਰੀ ਕੋਈ ਵੀ ਧਰਨਾ
आम आदमी पार्टी ने अजे तक ना तो सूबा सरकार के खिलाफ दिता है और ना ही केंद्र सरकार के खिलाफ। शायद इस करके सुखपाल सिंह खहरा ने यह रणनीति हुण उलीकी है, पर रणनीति दे विच कितना क सफल होंगी आम आदमी पार्टी यह भी देखने वाली गल होएगी। हुण असीं तुहाडे तों पंजाब दे लोकां तों भी पुछना चाहुंदे आ कि जिवें कि सुखपाल सिंह खहरा का कहना है कि नशे का मुद्दा पिछली सरकार दे वांग ही हुण भी जारी है, इस नाल तुसीं कितने क सहमत हो कि या फिर नशा हुण खत्म हो चुका है जिवें कि कांग्रेस वालों दावा किया जा रहा है। इस बारे तुहाडी राय इस वीडियो ते कमेंट करके अपनी राय जरूर दिओ। जेकर तुहानू द पंजाब टीवी न्यूज़ चैनल पसंद आउंदा है तां इस चैनल नू यूट्यूब ते सबसक्राइब जरूर कर लो। सबसक्राइब करन तों बाद इस दे नाल वाले बैल वाले बटन नू क्लिक जरूर कर लेना, इस नाल जदों भी असीं कोई नवीं वीडियो अपलोड करांगे उसदा नोटिफिकेशन तुहानू आएगा और उस नोटिफिकेशन ते क्लिक करके तुसीं साडी नवीं वीडियो उस वेले देख सकते हो। मैं जज सिंह चाल अगली बार फिर हाजिर होवांगा, तुसीं देखदे रहो द पंजाब टीवी, हर खबर दा सच। ते बहुत वड्डा एक संगीन इल्जाम ਪੰਜਾਬ ਦੇ ਸਿਆਸਤਦਾਨਾਂ ਦੇ ਉੱਤੇ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਹੋਇਆ। ਔਰ ਦੂਜਾ ਖੁਲਾਸਾ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਹੀ ਉਸੇ ਹੀ ਹਾਈਕੋਰਟ ਦੇ ਮੁਕੱਦਮੇ ਵਿੱਚ ਡਰੱਗਸ ਨਾਲ ਰਿਲੇਟਡ ਕੇਸ ਵਿੱਚ ਮਿਸਟਰ ਸਿਧਾਰਥ ਚੱਟੋਪਾਧਿਆ ਡੀ ਜੀ ਪੀ ਪੰਜਾਬ, ਉਹਨਾਂ ਨੇ ਆਪਣੇ ਦੋ ਕੁਲੀਗ ਡੀ ਜੀ ਪੀਜ਼ ਦੇ ਉੱਤੇ ਜਿਹੜਾ ਸਟੇਟਸ ਰਿਪੋਰਟ ਫਾਈਲ ਕੀਤੀ ਆ ਉਹਦੇ ਵਿੱਚ ਮੌਜੂਦਾ ਡੀ ਜੀ ਪੀ ਔਰ ਡੀ ਜੀ ਪੀ ਇੰਟੈਲੀਜੈਂਸ ਦੇ ਤਾਲੁਕਾਤ ਜਿਹੜਾ ਇੰਦਰਜੀਤ ਡਰੱਗਸ ਕਾਂਡ ਹੋਇਆ ਉਹਦੇ ਨਾਲ ਜੋੜੇ ਗਏ ਨੇ। ਦੁੱਖ ਨਾਲ ਕਹਿਣਾ ਪੈਂਦਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਨਾ ਤਾਂ ਤਹਿਕੀਕਾਤ ਕੋਈ ਹੋਣ ਦੇ ਰਹੇ ਨੇ ਬਿਕਰਮ ਮਜੀਠੀਆ ਯਾਨੀ ਕਿ ਪੋਲੀਟੀਕਲ ਲੋਕਾਂ ਦੇ ਤਾਲੁਕਾਤ ਨਾਲ। ਉੱਥੇ ਉਹਨਾਂ ਨੇ ਉਹ ਬਹਾਨਾ ਬਣਾ ਲਿਆ ਕਿ ਮੇਰੇ ਕੋਲ ਕੋਈ ਪੁਖਤਾ ਸਬੂਤ ਨਹੀਂ ਪਹੁੰਚੇ, ਹਾਲਾਂਕਿ ਸਾਰੇ ਸਬੂਤ ਉਹਨਾਂ ਦੇ ਕੋਲ ਨੇ। ਅਤੇ ਪੁਲਿਸ ਨੂੰ ਲੈ ਕੇ ਉਹਨਾਂ ਨੇ ਬਹਾਨਾ ਘੜ ਲਿਆ, ਸਾਰੀ ਪੁਲਿਸ ਨੂੰ ਬੁਲਾ ਲਿਆ ਇੱਕ ਦਿਨ 10 ਮਿੰਟ ਦੀ ਰਸਮੀ ਮੀਟਿੰਗ ਵਿੱਚ ਦਬਕੇ ਮਾਰ ਕੇ ਤੋਰਤਾ ਕਿ ਖਬਰਦਾਰ ਜੇ ਕੋਈ ਆਦਮੀ ਹਾਈਕੋਰਟ ਗਿਆ ਪੁਲਿਸ ਵਾਲਾ ਯੂਨੀਫਾਰਮ 'ਚ ਜਾਂ ਕੋਈ ਕਿਸੇ ਤਰ੍ਹਾਂ ਦਾ ਮੀਡੀਆ ਦੇ ਕੋਲ ਖੁਲਾਸਾ ਕੀਤਾ, ਇਹ ਤਾਂ ਤਾਨਾਸ਼ਾਹੀ ਹੋ ਗਈ ਕੈਪਟਨ ਅਮਰਿੰਦਰ ਸਿੰਘ ਵੱਲੋਂ। ਬਜਾਏ ਕਿ ਜਿਹੜੇ ਇਲਜ਼ਾਮ ਉੱਠੇ ਨੇ ਡੀ ਜੀ ਪੀ ਔਰ ਇੰਟੈਲੀਜੈਂਸ ਦੇ ਡੀ ਜੀ ਪੀ ਦੇ ਉੱਤੇ ਜਿਹਦੇ ਵਿੱਚ ਬੇਨਾਮੀ ਪ੍ਰੋਪਰਟੀ ਦਾ ਜ਼ਿਕਰ ਕੀਤਾ ਗਿਆ, 15 ਸੈਕਟਰ ਵਿੱਚ ਇੱਕ ਪੋਸੀਬਲੀ ਦਾ ਹਾਊਸ ਨੰਬਰ ਇਜ਼ 2058, 2 ਕਨਾਲ ਦੀ ਕੋਠੀ ਇੱਕ ਡੀ ਜੀ ਪੀ ਬੇਨਾਮੀ ਬਣਾ ਰਿਹਾ ਵਾ, ਉਹ ਬਜਾਏ ਕਿ ਉਹ ਇਲਜ਼ਾਮਾਂ ਦੇ ਉੱਤੇ ਤਹਿਕੀਕਾਤ ਕੀਤੀ ਜਾਵੇ, ਇਹ ਕਹਿ ਕੇ ਮਾਮਲੇ ਨੂੰ ਦਬਾਇਆ ਜਾ ਰਿਹਾ ਕਿ ਪੁਲਿਸ ਦਾ ਇਨਡਿਸਿਪਲਿਨ ਟੋਲਰੇਟ ਨਹੀਂ ਕੀਤਾ ਜਾਵੇ। ਇਹ ਇਨਡਿਸਿਪਲਿਨ ਨਹੀਂ ਗਾ, ਇਹ ਪੰਜਾਬ ਦੇ ਪੱਖ ਦੇ ਨਸ਼ਿਆਂ ਦੇ ਮਸਲੇ ਨਾਲ ਕਨੈਕਟਡ ਇੱਕ ਇਸ਼ੂ ਆ, ਕਿਉਂਕਿ ਅਗਰ ਪ੍ਰੋਪਰ ਇੰਪਾਰਸ਼ਲ ਇਨਕੁਆਇਰੀ ਹੋਵੇਗੀ ਤਾਂ ਪਤਾ ਲੱਗ ਸਕਦਾ ਵਾ ਕਿ ਇੰਦਰਜੀਤ ਜਿਹੜਾ ਸੀ ਇੱਕ ਇੰਸਪੈਕਟਰ ਲੈਵਲ ਦਾ ਆਫਿਸਰ ਜਿਹਨੂੰ ਡਿਸਮਿਸ ਕੀਤਾ ਗਿਆ, ਕੀ ਆਇਆ ਐਡਾ ਵੱਡਾ ਨਸ਼ਿਆਂ ਦਾ ਜਿਹੜਾ ਕਾਰੋਬਾਰ ਸੀਗਾ ਇਕੱਲਾ ਇੱਕ ਇੰਸਪੈਕਟਰ ਹੀ ਕਰ ਰਿਹਾ ਸੀ ਪੰਜਾਬ ਦੇ ਵਿੱਚ, ਜਾਂ ਉਹਦੀਆਂ ਕੜੀਆਂ ਉੱਤੇ ਵੀ ਜੁੜੀਆਂ ਹੋਈਆਂ ਸੀਗੀਆਂ। ਇਹ ਇਸ ਜਾਂਚ ਨੂੰ ਕੈਪਟਨ ਅਮਰਿੰਦਰ ਸਿੰਘ ਓਬਸਟ੍ਰਕਟ ਕਰ ਰਹੇ ਨੇ, ਰੋਕ ਰਹੇ ਨੇ, ਦਬਾ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਜੇ ਇਹ ਜਾਂਚ ਹੋ ਗਈ ਤਾਂ ਉਹਨਾਂ ਦੇ ਚਹੇਤੇ ਪੁਲਿਸ ਆਫਿਸਰਸ ਦੀ ਕਾਫੀ ਜ਼ਿਆਦਾ ਪੋਲ ਜਿਹੜੀ ਉਹ ਖੁੱਲੇਗੀ, ਅਤੇ ਉਹਨਾਂ ਨੂੰ ਕਹਿ ਰਹੇ ਨੇ ਇਨਡਿਸਿਪਲਿਨ। ਜਾਂ ਇਹ ਵੀ ਮੈਂ ਪੜ੍ਹਿਆ ਅਖਬਾਰਾਂ ਦੇ ਵਿੱਚ ਕਿ ਅਮਰਿੰਦਰ ਸਿੰਘ ਕਹਿੰਦੇ ਕਿ ਤੁਸੀਂ ਜਿਹੜਾ ਆਪਣਾ ਤੁਹਾਡਾ ਆਪਸ ਵਿੱਚ ਪੁਲਿਸ ਆਫਿਸਰਸ ਦੀ ਜਿਹੜੀ ਲੜਾਈ ਆ ਉਸ ਨੂੰ ਘਰ ਬੈਠ ਕੇ ਸੁਲਾ ਸਫਾਈ ਦੇ ਨਾਲ ਨਿਬੇੜੋ। ਇਹ ਇਹ ਕੋਈ ਨਿੱਜੀ ਲੜਾਈ ਨਹੀਂ ਹੈ, ਨਸ਼ੇ ਪੰਜਾਬ ਦਾ ਇੱਕ ਹਜ਼ਾਰਾਂ ਲੱਖਾਂ ਘਰਾਂ ਨੂੰ ਬਰਬਾਦ ਕਰਨ ਵਾਲੀ ਚੁਣੌਤੀ ਆ। ਇਸ ਲਈ ਅਮਰਿੰਦਰ ਸਿੰਘ ਦਾ ਉਹਨਾਂ ਨੂੰ ਪ੍ਰੋਟੈਕਟ ਕਰਨਾ, ਸ਼ੀਲਡ ਕਰਨਾ, ਬਚਾਉਣਾ, ਇਹ ਦੱਸਦਾ ਵਾ ਕਿ ਕਾਂਗਰਸ ਦੀ ਸਰਕਾਰ ਨਸ਼ਿਆਂ ਦੇ ਮੁੱਦੇ ਦੇ ਉੱਤੇ ਬਿਲਕੁਲ ਫੇਲ ਹੋ ਚੁੱਕੀ ਹੈ। ਹਾਈਕੋਰਟ ਇਹਦੇ ਤੋਂ ਪੁਖਤਾ ਵੱਡਾ ਫੈਸਲਾ ਲਵੇਗਾ ਔਰ ਉਹਦੇ 'ਚ ਅਮਰਿੰਦਰ ਸਿੰਘ ਨੂੰ ਫੈਸਿਲੀਟੇਟ ਕਰਨਾ ਚਾਹੀਦਾ। ਐਜ਼ ਅ ਚੀਫ ਮਿਨਿਸਟਰ ਹੀ ਕੈਨ ਹਿਮਸੈਲਫ ਆਸਕ ਦੀ ਹਾਈਕੋਰਟ ਕਿ ਤੁਸੀਂ ਆਪਣੇ ਅਧੀਨ ਇੱਕ CBI ਦੀ ਜਾਂਚ ਕਰੋ ਜਿਹਦੇ ਟਰਮਸ ਆਫ ਰੈਫਰੈਂਸ ਵਿੱਚ ਪੋਲੀਟੀਕਲ ਲੋਕਾਂ ਦੇ ਤਾਲੁਕਾਤ ਅਤੇ ਨਾਲ ਪੁਲਿਸ ਦੇ ਲੋਕਾਂ ਦੀ ਸ਼ਮੂਲੀਅਤ ਜਿਹੜੀ ਆ ਉਸ ਨੂੰ ਵੀ ਲਿਆਉਣਾ ਬਹੁਤ ਬਹੁਤ ਜ਼ਰੂਰੀ ਆ, ਕਿਉਂਕਿ ਇਕੱਲਾ ਇੰਦਰਜੀਤ ਐਡਾ ਵੱਡਾ ਨਹੀਂ ਸੀ ਕਰ ਸਕਦਾ। ਗੱਲ ਇਨਡਿਸਿਪਲਿਨ ਦੀ ਕਰ ਰਹੇ ਨੇ, ਜੇ ਤਾਂ ਮੋਗੇ ਦਾ SSP ਹਾਈਕੋਰਟ ਵਿੱਚ ਜਾ ਕੇ ਬਦਲਾਖੋਰੀ ਦੇ ਇਲਜ਼ਾਮ ਲਾਉਂਦਾ ਵਾ ਤਾਂ ਉਹ ਕੋਈ ਇਨਡਿਸਿਪਲਿਨ ਨਹੀਂ ਗਾ, ਅਮਰਿੰਦਰ ਸਿੰਘ ਇੱਕ ਲਫ਼ਜ਼ ਨਹੀਂ ਉਹਨਾਂ ਦੇ ਖਿਲਾਫ਼ ਬੋਲੇ। ਅਤੇ ਜੇ ਸਿਧਾਰਥ ਚੱਟੋਪਾਧਿਆ ਜਾ ਕੇ ਬਦਲਾਖੋਰੀ ਦੇ ਇਲਜ਼ਾਮ ਆਪਣੇ ਆਪ ਨੂੰ ਬਚਾਉਣ ਦੀ ਗੱਲ ਕਰਦਾ ਉਹ ਇਨਡਿਸਿਪਲਿਨ ਕ੍ਰੀਏਟ ਕੀਤਾ ਜਾਂਦਾ ਵਾ। ਹਾਓ ਕੈਨ ਯੂ ਹੈਵ 2 ਡਬਲ ਸਟੈਂਡਰਡਸ ਔਨ ਦਿਸ ਵਾਈਟਲ ਇਸ਼ੂ। ਇਸ ਲਈ ਇਹਦੇ 'ਤੇ ਅਗਰ ਉਹਨਾਂ ਨੇ ਇਹਨਾਂ ਦਿਨਾਂ ਵਿੱਚ ਨਾ ਕੋਈ ਫੈਸਲਾ ਲਿਆ ਤਾਂ ਸਾਡੇ ਜਿਹੜੇ ਟੋਟਲ ਆਮ ਆਦਮੀ ਪਾਰਟੀ ਦੀ ਤਨਜ਼ੀਮ ਅਤੇ ਪਲੱਸ ਲੈਜਿਸਲੇਚਰ ਪਾਰਟੀ ਅਸੀਂ ਕੋਈ ਵੱਡਾ ਪ੍ਰੋਗਰਾਮ ਉਹਨਾਂ ਦੇ ਖਿਲਾਫ਼ ਅਵਸ਼ ਪਲੈਨ ਕਰਾਂਗੇ ਔਰ ਉਹਨਾਂ ਨੂੰ ਇੱਥੇ ਚੰਡੀਗੜ੍ਹ ਦੀ ਉਹਨਾਂ ਦੀ ਰਿਹਾਇਸ਼ ਨੂੰ ਜਾਂ ਅਸੀਂ ਦੇਖਾਂਗੇ ਕਿੱਥੇ ਧਰਨਾ ਮਾਰਨਾ ਘਿਰਾਓ ਕਰਨਾ ਉਹ ਸਾਰਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਰਾਂਗੇ। ਮੈਨੂੰ ਥੋੜ੍ਹਾ ਕੰਪਲੀਟ
ਸ਼ਾਰਟਲੀ ਦੇ ਦਿਆਂਗੇ ਬਿਕੋਜ਼ ਵੀ ਆਰ ਆਲਸੋ ਵੇਟਿੰਗ ਕਿ ਗਵਰਨਮੈਂਟ ਇਹਦੇ ਤੇ ਕੋਈ ਐਕਸ਼ਨ ਲਵੇ ਬਿਕੋਜ਼ ਹਾਈ ਕੋਰਟ ਇਜ਼ ਸੀਜ਼ਡ ਆਫ ਦਾ ਇਸ਼ੂ ਆਫ ਡਰੱਗਸ। ਦੇਖੋ ਨਹੀਂ ਯਕੀਨ ਨਹੀਂ ਗਾ, ਅਸੀਂ ਉਹਨਾਂ ਨੂੰ ਫਿਰ ਵੀ ਸਾਡਾ ਫਰਜ਼ ਬਣਦਾ ਬਤੌਰ ਓਪੋਜੀਸ਼ਨ ਕਿ ਅਸੀਂ ਉਹਨਾਂ ਨੂੰ ਢੁਕਵਾਂ ਸਮਾਂ ਦਈਏ। ਉਹ ਆਪਣਾ ਪੱਖ ਜਿਹੜਾ ਹਾਈਕੋਰਟ ਦੇ ਵਿੱਚ 9 ਮਈ ਤੋਂ ਪਹਿਲਾਂ ਐਫੀਡੇਵਿਟ ਦੀ ਸ਼ਕਲ ਵਿੱਚ ਰੱਖੂ ਉਸ ਪੰਜਾਬ ਸਰਕਾਰ ਕਿ ਅਸੀਂ ਕੀ ਕਰਨ ਜਾ ਰਹੇ ਹਾਂ। ਜਦੋਂ ਉਹਨਾਂ ਦੀ ਨੀਅਤ ਹੋਰ ਨੰਗੀ ਹੋ ਜਾਵੇਗੀ ਤਾਂ ਅਵਸ਼ ਅਸੀਂ ਇਸ ਨੂੰ ਪ੍ਰੋਟੈਸਟ ਕਰਾਂਗੇ। MLAs ਦਾ ਇਹਦੇ 'ਚ ਪਲੀਜ਼ ਡੂ ਨਾਟ ਰੀਡ ਬਿਟਵੀਨ ਦਾ ਲਾਈਨਸ। ਅਮਨ ਪੂਨੇ ਗਿਆ ਹੋਇਆ, ਆਪਣੇ ਉਹਨਾਂ ਦਾ ਪਰਿਵਾਰ ਦੀ ਸ਼ਾਦੀ ਸੀਗੀ, ਫੁਲਕਾ ਸਾਹਿਬ ਆਪਣੇ ਕੇਸਾਂ 'ਚ ਪਤਾ ਤੁਹਾਨੂੰ ਬਿਜ਼ੀ ਨੇ, ਔਰ ਕੁਛ ਲੋਕ ਜਿਹੜੇ ਕਣਕ ਦਾ ਸੀਜ਼ਨ ਵੀ ਬਿਲਕੁਲ ਪੀਕ 'ਤੇ ਆ, ਤਾਂ ਅਸੀਂ ਕਣਕ ਦਾ ਸੀਜ਼ਨ ਟਪਾ ਕੇ ਬਿਕੋਜ਼ ਆਫਟਰ ਆਲ ਵੀ ਆਲਸੋ ਨੀਡ ਟਾਈਮ ਟੂ ਮੋਬਲਾਈਜ਼ ਪੀਪਲ। ਇਟ ਕੁਡ ਬੀ ਐਨੀਵੇਅਰ ਬਿਟਵੀਨ ਆਲਮੋਸਟ ਦ ਮਿਡ ਆਫ ਮੇ, 10-15 ਮਈ ਦੇ ਲਾਗੇ ਲਾਗੇ ਅਸੀਂ ਡੈਫੀਨੇਟਲੀ ਕੋਈ ਇਹਦੇ ਉੱਤੇ ਹਜੂਮ ਖੜਾ ਕਰਕੇ ਪਬਲਿਕ ਪ੍ਰੈਸ਼ਰ ਬਿਲਡ ਕਰਾਂਗੇ ਗਵਰਨਮੈਂਟ 'ਤੇ ਕਿ ਇਹਦੇ 'ਤੇ ਤੁਰੰਤ ਐਕਸ਼ਨ ਲਿਆ ਜਾਵੇ। ਤੀਸਰਾ ਮੁੱਦਾ ਸੀਗਾ ਕਿ ਅੱਜ ਪੰਜਾਬ ਦੇ ਪ੍ਰਾਈਵੇਟ ਸਕੂਲਜ਼